ਘੋੜਿਆਂ ਪਰ ਹਾਥੀਆਂ ਪਰ ਤੁਹਾਨੂੰ ਅੱਗੇ ਦਰਸ਼ਨ ਕਰਾਉਂਦਾ ਮੈਂ ਜਾ ਕੇ। ਦੇਖੋ ਤਾਂ ਅਸੀਂ ਚਾਰੇ ਪਾਸੇ ਸੰਗਤਾਂ ਹੀ ਸੰਗਤਾਂ। ਤੁਸੀਂ ਅਨੰਦਪੁਰ ਸਾਹਿਬ ਵਾਲੀ ਵੀਡੀਓ ਨੂੰ ਬਹੁਤ ਪਿਆਰ ਅਤੇ ਸਤਿਕਾਰ ਦਿੱਤਾ ਅਤੇ ਮੈਂ ਕਿਹਾ ਸੀ, ਮੈਂ ਕਿਹਾ ਜੇ 150 ਕਮੈਂਟ ਹੋਊਗਾ ਤਾਂ ਮੈਂ ਫਿਰ ਦੁਬਾਰਾ ਤੁਹਾਨੂੰ ਜਿਸ ਦਿਨ ਮਹੱਲਾ ਹੋਊਗਾ ਲੋਕਾਂ ਦੀਆਂ ਹੋਲੀਆਂ ਅਤੇ ਖਾਲਸੇ ਦਾ ਹੋਲਾ ਹੈ, ਅੱਜ ਮੇਨ ਦਿਨ ਹੈ ਹੋਲੇ ਵਾਲਾ ਅਤੇ ਚੜ੍ਹਦੀ ਕਲਾ ਵਾਲੇ ਸਿੰਘ ਹੋਲਾ ਖੇਡਦੇ ਨੇ ਅਤੇ ਉਹ ਤੁਹਾਨੂੰ ਅੱਜ ਦਿਖਾਉਂਦੇ ਹਾਂ। ਅਤੇ ਫਿਰ ਮੈਂ ਬੁਲਟ ਵੀ ਕਹਿੰਦਾ ਕਿ ਉਹ ਟ੍ਰੈਫਿਕ ਬਹੁਤ ਜਾਮ ਹੁੰਦੀ ਹੈ ਅੱਜ, ਕਿਉਂਕਿ ਸੰਗਤ ਬਹੁਤ ਪਹੁੰਚੀ ਹੋਈ ਹੈ, ਪੂਰਾ ਮਹੱਲਾ ਸੰਗਤਾਂ ਦਾ ਚੜ੍ਹਦੀ ਕਲਾ ਵਾਲੇ ਸਿੰਘ ਆਏ ਹੋਏ ਨੇ ਅਤੇ ਕੁਛ ਕਹੂੰਗਾ ਆਪਣੇ ਵੱਲ ਤੇ ਵਧੀਆ ਵਧੀਆ ਚੀਜ਼ਾਂ ਤੋਂ ਦਿਖਾਉਂਦੇ ਨੇ ਅਨੰਦਪੁਰ ਸਾਹਿਬ ਦੀਆਂ। ਮੇਰੇ ਨਾਲ ਚੱਲੇ ਨੇ ਤਰਨਜੀਤ ਸਿੰਘ ਤੰਨਾ, ਮੇਰਾ ਕੈਮਰਾਮੈਨ ਤੰਨੇ। ਆਹ ਬੈਗ ਫੜ, ਇਹਦੇ ਵਿੱਚ ਹੈਗੀਆਂ ਐਨਕਾਂ ਲਾਈਏ, ਮੈਂ ਦੋ ਲੈ ਕੇ ਆਇਆ, ਇੱਕ ਤੇਰੇ ਵਾਸਤੇ ਇੱਕ ਮੇਰੇ ਵਾਸਤੇ। ਮੈਂ ਕਿਹਾ ਬੁਲਟ ਸਪੀਡਾਂ ਚੱਲਣਾ ਧੂੜ ਮਿੱਟੀ ਅੱਖਾਂ 'ਚ ਪੈ ਸਕਦਾ। ਤਰਨਜੀਤ ਸਿੰਘ ਤੰਨਾ ਦਾ ਮਾਟਰ ਲੱਗ ਰਿਹਾ, ਚੱਲੀਏ ਫਿਰ। ਰਸਤੇ ਵਿੱਚ ਖੜ੍ਹੇ ਇੱਕ ਜਗ੍ਹਾ ਮੈਂ ਕਿਹਾ ਚੈਨ ਨੂੰ ਤੇਲ ਲਵਾ ਲਈਏ, ਲੰਬਾ ਚੱਲਾਂ, ਲੰਬਾ ਸਫ਼ਰ ਹੈ, ਘੱਟੋ ਘੱਟ ਅੱਜ 120 ਕਿਲੋਮੀਟਰ ਮੋਟਰਸਾਈਕਲ ਚੱਲ ਲੈਣਾ। ਰਸਤੇ 'ਚ ਅਸੀਂ ਇੱਕ ਜਗ੍ਹਾ ਖੜ੍ਹੇ ਹਾਂ ਅਤੇ ਜਲੇਬੀਆਂ ਵੀ ਇਹਨੇ ਹੱਥ 'ਚ ਫੜੀਆਂ ਹੋਈਆਂ, ਉਹ ਜੀਰੋ ਨਹੀਂ ਖੜ੍ਹ ਗਏ ਅਤੇ ਹੁਣ ਇੱਥੇ ਅਸੀਂ ਹੁਣ ਜਲੇਬੀਆਂ ਦੇ ਚਾਹ ਛੱਕ ਕੇ ਅੱਗੇ ਚੱਲਦੇ ਹਾਂ। ਠੀਕ ਹੈ ਤੰਨੇ ਬਾਈ, ਚਲ ਆ ਜਾ। ਪਿੰਡ ਕਿਹੜਾ ਹੈ? ਥੱਲੀ ਕਲਾਂ, ਜਗਮੀਰ ਥੱਲੀ ਵਾਲਾ ਪਿੰਡ ਹੈ। ਲਓ ਵੀ ਚਾਹ ਪਾਤੀ ਵਿੱਚ। ਹੁਣ ਅਸੀਂ ਪੁੱਜ ਗਏ ਜੀ ਕੀਰਤਪੁਰ ਸਾਹਿਬ ਅਤੇ ਇੱਥੋਂ ਸੰਗਤਾਂ ਦਾ ਬਹੁਤ ਜ਼ਿਆਦਾ ਇਕੱਠ ਹੈ, ਚਾਰੇ ਪਾਸੇ ਸੰਗਤਾਂ ਹੀ ਸੰਗਤਾਂ, ਟਰਾਲੀਆਂ ਟਰਾਲੀਆਂ। ਇੱਥੇ ਹੁਣ ਟ੍ਰੈਫਿਕ ਜਾਮ ਸ਼ੁਰੂ ਹੋ ਜਾਣੀ। ਇੱਥੋਂ ਪੂਰੀ
ਦੂਰ ਹੈ, 10 ਕਿਲੋਮੀਟਰ ਦੂਰ ਹੈ ਅਨੰਦਪੁਰ ਸਾਹਿਬ। ਇਸ ਸਾਈਡ ਰਸਤਾ ਜਿਹੜਾ ਪਤਾਲਪੁਰ ਗੁਰਦੁਆਰੇ ਸਾਹਿਬ ਨੂੰ ਉਹ ਸੰਗਤ ਜਾ ਰਹੀ ਉੱਧਰ ਨੂੰ। ਸਾਰੇ ਸੰਗਤਾਂ ਖੇਡਦੇ ਹੋਏ ਹੋਲੀ ਲਾ ਵੀ ਦੇਖੋ, ਸੰਗਤਾਂ ਹੀ ਸੰਗਤਾਂ ਚਾਰੇ ਪਾਸੇ। ਮੇਰਾ ਬਾਜਾਂ ਵਾਲਾ ਖੇਡਦਾ ਸੰਗਤਾਂ ਦੇ ਨਾਲ ਹੋਲਾ। ਇੱਥੇ ਆਪਣਾ ਆਪਣੇ ਆਪ ਜੋਸ਼ ਤਾਂ ਭਰੀ ਜਾਂਦੇ ਸੰਗਤਾਂ ਨੂੰ ਦੇਖ ਕੇ, ਸੰਗਤਾਂ ਦਾ ਉਤਸ਼ਾਹ ਦੇਖ ਕੇ। ਬੜੇ ਬੜੇ ਡੀਜੇ ਲਾਏ ਲੋਕਾਂ ਨੇ, ਟਰੈਕਟਰਾਂ ਪਰ ਇੱਕ ਦੂਜੇ ਪਰ ਰੰਗ ਸੁੱਟਦੇ ਜਾ ਰਹੇ ਨੇ। ਉਹ ਵੀਰ ਕਿੱਧਰ ਟਰੈਕਟਰ ਚੜ੍ਹਾਉਣ ਲੱਗਾ ਰਸਤੇ 'ਚ, ਇਹ ਵੀਰ ਕਿਆ ਕਰਨ ਲੱਗਿਆ ਹੁਣ ਰਸਤੇ 'ਚ। ਇਹ ਬਾਈ ਲੱਗਦਾ ਕੁਛ ਕਰੂਗਾ, ਕੁਛ ਨਾ ਕੁਛ ਬਾਈ ਲੱਗਦਾ ਭਾਈ। ਇਹਦੀ ਖਾਲਸਾ ਸਾਡੇ ਹਟਦੇ ਲੈ ਵੀ ਰਸਤੇ ਉਹ ਦੇਖੀ ਬਾਈ ਪਿੱਛੇ ਨੂੰ ਨਾ ਮੋੜ ਲਈ ਲੈ ਬਾਈ। ਇਹਨੂੰ ਕਹਿੰਦੇ ਖਾਲਸਾ ਫੌਜ ਲੈ ਵੀ ਕੱਟਦੀ ਟਰਾਲੀ ਰਸਤੇ ਵਿੱਚ। ਉਹ ਉੱਪਰ ਵੀ ਮੁੰਡੇ ਹੋਲੀ ਖੇਡਦੇ ਇੱਕ ਦੂਜੇ ਪਰ ਰੰਗ ਸਿੜਦੇ ਹੋਏ। ਇੰਨੀ ਸੰਗਤ ਮੈਂ ਤਾਂ ਪਹਿਲੀ ਵਾਰ ਦੇਖੀ ਆ, ਜਿੱਥੋਂ ਨੂੰ ਦੇਖੋ ਸੰਗਤ ਏ ਸੰਗਤ। ਅਸੀਂ ਗੁਰਦੁਆਰਾ ਸਾਹਿਬ ਦੇ ਉਹ ਬਹੁਤ ਕਰੀਬ ਪੁੱਜ ਗਏ ਸੀ, ਉਹ ਸਾਹਮਣੇ ਗੁਰਦੁਆਰਾ ਸਾਹਿਬ ਹੈ, ਚੱਲਦੇ ਹਾਂ ਉੱਥੇ। ਪੁਲਿਸ ਭਾਈਆਂ ਦੀ ਬਹੁਤ ਸਖਤ ਡਿਊਟੀ ਲੱਗੀ ਹੋਈ ਹੈ ਇੱਥੇ, ਇੰਨੀ ਸੰਗਤ ਨੂੰ ਹੈਂਡਲ ਕਰਨਾ। ਕੋਈ ਧਾਨਾ ਵੀ ਪੰਜਾਬ ਪੁਲਿਸ ਵਾਲੇ ਦੀ ਜਿੱਥੇ ਹੁਣ ਅਸੀਂ ਜਾ ਰਹੇ ਨੇ ਦਰਬਾਰ ਸਾਹਿਬ ਦੀ ਪਾਰਕਿੰਗ ਹੈ, ਗੁਰਦੁਆਰਾ ਸਾਹਿਬ ਦੀ ਪਾਰਕਿੰਗ ਇੱਥੇ ਆ ਮੇਨ। ਇੱਥੇ ਵੀ ਮੈਂ ਕਹਿੰਦਾ ਇੱਧਰ ਨੂੰ ਦੇਖੋ ਸੰਗਤੇ ਸੰਗਤ, ਟਰਾਲੀਆਂ ਟਰਾਲੀਆਂ ਦੇਖੋ ਤਾਂ ਅਸੀਂ ਬਹੁਤ ਦੂਰ ਦੂਰ ਤੋਂ ਟਰੈਕਟਰ ਆਏ ਹੋਏ ਆ। ਮੈਂ ਕਿਹਾ ਸੀ ਮੈਂ ਕਿਹਾ ਵੀ ਦਰਸ਼ਨ ਕਰਾਂਗੇ ਅਤੇ ਨਾਲੇ ਤੁਹਾਨੂੰ ਕਰਾਵਾਂਗੇ,
ਜਦੋਂ ਮੈਂ 150 ਕੁ ਮਿੰਟ ਥੋੜ੍ਹਾ ਟੱਪਿਆ ਅਤੇ ਆਪਾਂ ਭਾਈ ਕਹਿਣ ਮੁਤਾਬਕ ਆ ਗਏ ਇੱਥੇ ਘੱਟੋ ਘੱਟ ਅਸੀਂ ਸਾਨੂੰ ਇੱਥੇ ਪਹੁੰਚਣ ਤੱਕ ਘੰਟਾ ਕੁ ਲੱਗੇ ਗਿਆ ਨਾ, ਘੰਟਾ ਲੱਗਾ ਸਾਨੂੰ ਇੱਥੇ ਪਹੁੰਚਣ ਤੱਕ। ਕਰੋ ਜੀ ਦਰਸ਼ਨ ਸਾਹਮਣੇ ਗੁਰਦੁਆਰਾ ਕੇਸਗੜ੍ਹ ਸਾਹਿਬ। ਕਰੋ ਜੀ ਸੰਗਤਾਂ ਦੇ ਦਰਸ਼ਨ। ਆਹ ਮੇਨ ਲਾਈਨ ਹੈ ਜਿੱਧਰ ਨੂੰ ਦਰਬਾਰ ਸਾਹਿਬ ਨੂੰ ਸੜਕ ਜਾਂਦੀ ਆ, ਇਸ ਤੋਂ ਸਾਫ਼ ਸਿੱਧੀ ਸੜਕ ਜਾ ਕੇ ਗੁਰਦੁਆਰਾ ਸਾਹਿਬ ਚਲੀ ਜਾਂਦੀ ਹੈ ਇਹ। ਇਸ ਕਰਕੇ ਅਸੀਂ ਪਹਿਲਾਂ ਦਰਸ਼ਨ ਕਰਕੇ ਸੀ ਇਸ ਸਾਈਡ, ਹੁਣ ਨਿਹੰਗ ਸਿੰਘਾਂ ਨੇ ਮਹੱਲਾ ਕੱਢਣਾ ਕੁਛ ਟਾਈਮ ਤੱਕ, ਉਹ ਸੰਗਤਾਂ ਉੱਪਰ ਦੇ ਦਰਸ਼ਨ ਕਰਨ ਵਾਸਤੇ ਖੜ੍ਹੀਆਂ ਸਾਰੀਆਂ। ਇੱਧਰ ਨੂੰ ਆਉਣਗੇ ਸਾਰੇ ਸਿੰਘ ਥੋੜ੍ਹੇ ਕੁ ਟਾਈਮ ਤੱਕ। ਖਾਲਸਾ ਹੀ ਫੌਜਾਂ ਖੜੀਆਂ ਦੇਖੋ ਵੀਰ ਜੀ, ਹੁਣ ਅਸੀਂ ਚੱਲੇ ਗੁਰਦੁਆਰਾ ਸਾਹਿਬ ਵੱਲ ਨੂੰ। ਇੱਥੇ ਤਾਂ ਸਿੰਘਾਂ ਨੂੰ ਦੇਖ ਕੇ ਆਟੋਮੈਟਿਕਲੀ ਜੋਸ਼ ਚੜ੍ਹੀ ਜਾਂਦਾ, ਕਿੰਨੀਆਂ ਰੰਗੀਆਂ ਰੂਹਾਂ 'ਚ ਖਾਲਸਾ ਜਾ ਰਿਹਾ ਸਾਹਮਣੇ। ਜ਼ਰੂਰ ਜ਼ਰੂਰ ਆਵਾਂਗੇ ਵੀਰੇ, ਜ਼ਰੂਰ ਆਵਾਂਗੇ, ਪੱਕਾ ਪੱਕਾ ਬਟੋਏ ਆਵਾਂਗੇ ਵੀਰੇ ਤੁਹਾਡੇ ਕੋਲ। ਹੁਣ ਅਸੀਂ ਪੁੱਜ ਗਏ ਜੀ ਗੁਰਦੁਆਰੇ ਦੇ ਸਾਹਮਣੇ, ਐਨ ਕੇਸਗੜ੍ਹ ਗੁਰਦੁਆਰੇ ਦੇ ਸਾਹਮਣੇ। ਬਸ ਸੰਗਤਾਂ ਲੰਘਣ ਦਾ ਜਮਾ ਸਮਾਂ ਨਹੀਂ ਹੈਗਾ, ਤੈਨੂੰ ਤੇ ਭੱਜ ਕੇ ਚੱਲਦੇ ਆ ਸਾਈਡ ਸਾਈਡ ਹਰ ਪਾਸੇ ਸੰਗਤ। ਜਦੋਂ ਅਸੀਂ ਪਿਛਲੀ ਵਾਰ ਆਏ ਤਾਂ ਇੱਥੇ ਨਾ ਟਰੈਕਟਰ ਖੜ੍ਹੇ ਤੇ ਬਹੁਤ ਸੋਹਣੇ ਸੋਹਣੇ, ਮੈਂ ਤੁਹਾਨੂੰ ਪਿਛਲੀ ਵੀਡੀਓ 'ਚ ਦਿਖਾਉਂਦਾ, ਤੁਸੀਂ ਦੇਖੋ ਬਹੁਤ ਸੋਹਣੇ ਮੁੰਡਿਆਂ ਨੇ ਟਰੈਕਟਰ ਨਿਗਾਰੇ ਹੋਏ, ਇੱਧਰ ਟਰਾਲੀਆਂ ਟਰੈਕਟਰ ਅਤੇ ਦਿਖਾਉਂਦਾ ਸਾਨੂੰ ਸਾਰੀਆਂ, ਅਤੇ ਡੀ ਜੇ ਸਿਸਟਮ ਲਾਇਆ ਪੂਰੇ ਪੰਡੋਰੀ ਗੋਲਾ। ਹਾਂ ਹਾਂ ਪੰਡੋਰੀ ਗੋਲਾ ਤੋਂ ਆਏ ਹੋਏ ਇਹ। ਉਹ ਦੇਖੋ ਕਿੰਨਾ ਸੋਹਣਾ ਟਰੈਕਟਰ ਵੀਰੋ ਨੇ ਬੈਠੇ ਉੱਪਰ, ਇੱਧਰ 275 ਕਿੰਨਾ ਸੋਹਣਾ ਸੀ ਅੰਦਰ ਟਰਾਲੀ ਦਿਖਾਇਆ, ਬਹੁਤ ਸੋਹਣੀ ਸਜਾਈ ਅੰਦਰ ਟਰਾਲੀ ਵਾਈਆਂ ਨੇ ਬਾਈ, ਧਾਮ ਧਾਨੇ ਕਰਾ ਕੇ ਰਾਖੀ ਪਾਈ ਨੇ ਟਰਾਲੀ, ਟੀ ਵੀ ਲੱਗਿਆ ਹੋਇਆ ਬਾਈਆਂ ਦੇ ਅੰਦਰ, ਵਾਹ ਬਾਈ ਵਾਹ, ਏ ਸੀ ਵੀ ਲਾਇਆ ਬਾਈਆਂ ਨੇ। ਲੈ ਫਿਰ ਟਰੈਕਟਰ ਮੁੰਡਿਆਂ ਨੇ ਕਿੰਨਾ ਸੋਹਣਾ ਸਿਆਹੀ ਦਾ ਟਰੈਕਟਰ,
ਮਾਝੇ ਵਾਲੇ ਆ ਭਾਈ, ਮਾਝੇ ਵਾਲੇ ਲਿਖਿਆ ਪੂਰੇ, ਬਹੁਤ ਸੋਹਣਾ ਟਰੈਕਟਰ ਹੈ, ਹੋਲ ਨਿਊ ਹੋਲੈਂਡ। ਇੱਧਰ ਵਿੰਡੋ ਏ ਸੀ ਲਾਇਆ ਵਿੱਚ ਪਾਈਆਂ ਨੇ, ਆਹ ਸਰਦਾਰ ਬਿਠਾਲੇ ਉੱਪਰ ਗੁੱਡਾ ਵੇਖਣ ਥੋੜ੍ਹਾ ਲੱਗਦਾ। ਤੁਸੀਂ ਦੇਖਿਆ ਰਸਤੇ ਜਿਹੜੇ ਟਰੈਕਟਰ ਖੜ੍ਹੇ, ਹੁਣ ਸੰਗਤਾਂ ਆਪਣੇ ਘਰੋਂ ਘਰ ਹੀ ਲੈ ਗਏ ਅਤੇ ਕਈ ਦਿਨ ਇੱਥੇ ਖੜ੍ਹੇ, ਤਿੰਨ ਚਾਰ ਦਿਨ ਇੱਥੇ ਲੈ ਕੇ ਟਰੈਕਟਰ ਖੜਾਉਂਦੇ ਨੇ ਉਹ। ਅਤੇ ਇਹ ਜਿਹੜਾ ਰਸਤਾ ਕਿਲ੍ਹਾਗੜ੍ਹ ਗੁਰਦੁਆਰੇ ਸਾਹਿਬ ਨੂੰ ਚਲੀ ਜਾਂਦਾ, ਅਤੇ ਇਹ ਸਾਈਡ ਹਾਲੇ ਵੀ ਟਰੈਕਟਰ ਖੜ੍ਹੇ ਨੇ, ਪ੍ਰਸ਼ਾਸਨ ਨੇ ਸ਼ਾਇਦ ਟਰੈਕਟਰ ਇਹਨਾਂ ਤੋਂ ਸਾਈਡ ਕਰਵਾਤੇ ਨੇ, ਇਹ ਸਾਈਡ ਖੜ੍ਹੇ ਮਿਲਣਾ ਟਰੈਕਟਰ ਉਹਨਾਂ ਨੇ, ਇਹ ਦੂਜੀ ਸਾਈਡ ਕਰਾਤੇ ਆ। ਅਤੇ ਪਹਿਲੇ ਉੱਧਰ ਨਾ ਹੁਣ ਮਹੱਲਾ ਕੱਢਣਾ ਸਿੰਘਾਂ ਨੇ, ਉੱਧਰ ਪਿੱਛੇ ਚੱਲਦੇ ਹਾਂ ਜਾ, ਪਿੱਛੇ ਚੱਲਦੇ ਹਾਂ ਜਾ। ਹੁਣ ਅਸੀਂ ਬਿਲਕੁਲ ਦਰਬਾਰ ਸਾਹਿਬ ਦੇ ਸਾਹਮਣੇ ਖੜ੍ਹੇ ਹਾਂ, ਜਿੱਥੇ ਗੁਰਦੁਆਰਾ ਕੇਸਗੜ੍ਹ ਸਾਹਿਬ ਸਾਹਮਣੇ ਖੜ੍ਹੇ ਹਾਂ, ਅਤੇ ਕੋਸ਼ਿਸ਼ ਕਰਦੇ ਜੇ ਅੰਦਰ ਐਂਟਰੀ ਮਿਲ ਜਾਵੇ। ਅੱਜ ਬੰਦਾ ਕਰਮਾਂ ਵਾਲਾ ਜਿਹੜਾ ਅੱਜ ਦੇ ਦਿਨ ਦਰਸ਼ਨ ਕਰ ਲੈਂਦਾ, ਉਹ ਤੁਸੀਂ ਦੇਖਦਾ ਸੀ ਚਾਰੇ ਪਾਸੇ ਸੰਗਤ ਹੈ, ਸੰਗਤ ਸੰਗਤ ਹੈ, ਸੰਗਤ ਜਿੱਥੇ ਵੀ ਤੁਸੀਂ ਨਿਗਾਹ ਮਾਰੋ ਉਹ ਸੰਗਤ ਇੱਥੇ ਵਿਸ਼ਰਾਮ ਵੀ ਕਰ ਰਹੀਆਂ ਨੇ। ਲਓ ਜੀ ਅਸੀਂ ਬਾਹਰੋਂ ਦਰਸ਼ਨ ਕਰ ਲਏ ਅਤੇ ਅੰਦਰ ਐਂਟਰੀ ਸਾਨੂੰ ਨਹੀਂ ਮਿਲੀ, ਫਿਰ ਆਵਾਂਗੇ ਦੁਆਰੇ, ਅਤੇ ਹੁਣ ਚੱਲੀਏ। ਅਸੀਂ ਬਹੁਤ ਕਰਮਾਂ ਵਾਲੇ ਹਾਂ ਵੀ ਸਾਡੇ ਅੱਖਾਂ ਦੇ ਸਾਹਮਣੇ ਸਿੰਘ ਮਹੱਲਾ ਕੱਢ ਰਹੇ ਨੇ ਘੋੜਿਆਂ ਪਰ, ਹਾਥੀਆਂ ਪਰ। ਤੁਹਾਨੂੰ ਅੱਗੇ ਦਰਸ਼ਨ ਕਰਾਉਂਦਾ ਮੈਂ ਜਾ ਕੇ, ਦੇਖੋ ਤਾਂ ਅਸੀਂ, ਤੁਸੀਂ ਚਾਰੇ ਪਾਸੇ ਸੰਗਤਾਂ ਹੀ ਸੰਗਤਾਂ। ਰਸਤਾ ਲੰਗਰ ਲੱਗਿਆ ਰਸਤੀ ਲਈ ਭਾਈ, ਬਹੁਤ ਖਿਆਲ ਲੱਗੀ ਹੋਈ ਹੈ ਪਾਣੀ ਦੀ। ਧਰਤੀ ਅਨੰਦਪੁਰ ਦੀ ਕਿਸੇ ਨੇ ਕਿਹਾ ਕਹਿੰਦਾ ਅਨੰਦਪੁਰ ਸਾਹਿਬ ਵਸ ਗਿਆ ਸਤਲੁਜ ਦੇ ਕੰਢੇ, ਜਿੱਥੇ ਗੱਤਕਾ ਖੇਡਣ ਸੂਰਮੇ ਹੱਥ ਫੜ ਕੇ ਖੰਡੇ। ਪੜਿਓ ਸਾਰੇ ਬੋਲੋ, ਜਿੱਥੇ ਜਿੱਥੇ ਕਦਰ ਪਵੇ ਵੇ ਕਦਰਾਂ ਦੀ, ਮਨ ਚੱਲ ਅਨੰਦਪੁਰ ਵੱਲ ਤੁਰ ਜਾ। ਕਹਿੰਦੇ ਜਦੋਂ ਅਨੰਦਪੁਰ ਦੀ ਧਰਤੀ ਤੇ ਪਹੁੰਚਿਆ ਨਾ, ਕੀ ਅਸਰ ਵਿਖਾਇਆ ਅੰਮ੍ਰਿਤ ਨੇ, ਕੀ ਅਸਰ ਵਿਖਾਇਆ ਅੰਮ੍ਰਿਤ ਨੇ, ਦਸ਼ਮੇਸ਼ ਪਿਤਾ ਮੈਂ ਕੀ
ਅਸੀਂ ਆਪਣਾ ਮੋਟਰਸਾਈਕਲ 1.5 ਕਿਲੋਮੀਟਰ ਪਿੱਛੇ ਖੜਾ ਕੇ ਆਏ ਤੇ ਉੱਥੋਂ ਤੁਰ ਕੇ ਆਏ ਤੇ ਇੱਥੇ ਤੱਕ ਅਸੀਂ ਮੈਂ ਜਿੰਨੇ ਵੀ ਟਰੈਕਟਰ ਵਾਲਿਆਂ ਵੀਰਾਂ ਨੂੰ ਕਹਿੰਦਾ ਜਾ ਰਿਹਾ ਮੈਂ ਕਿ ਹਾਲੇ ਤੁਹਾਨੂੰ ਘੰਟਾ 1.5 ਘੰਟਾ ਖੜਨਾ ਪੈਣਾ ਇੱਥੇ ਵੀ ਅੱਗੇ ਨਾ ਨਗਰ ਕੀਰਤਨ ਲੰਘ ਰਿਹਾ ਉਹਦੇ ਕਰਕੇ ਨਾ ਪੂਰਾ ਘੰਟਾ 1.5 ਘੰਟਾ ਲੱਗ ਜਾਣਾ ਫਿਰ ਕਿਤੇ ਤੁਹਾਡੇ ਟਰੈਕਟਰ ਚੱਲਣਗੇ ਇੱਥੋਂ। ਵੀਰ ਜੀ ਹੁਣ ਹੋਲੀ ਖੇਡਦੇ ਹੋਏ ਨੇ, ਮਸਤੀਆਂ ਕਰ ਰਹੇ ਨੇ ਆਪਸ ਦੇ ਵਿੱਚ, ਖਾਲਸੇ ਨੂੰ ਯਾਦ ਕਰਕੇ ਪੁਲਿਸ ਵਾਲੇ ਵੀਰ ਦੇ ਮੱਥੇ 'ਤੇ ਟਿੱਕਾ ਲਾ ਤਾ ਕਿਸੇ ਨੇ। ਕਿੱਧਰ ਉਹ ਖੜਾ, ਉਹ ਖੜਾ, ਹਾਂ ਲਓ ਜੀ ਸਾਡਾ ਆਹ ਖੜਾ ਮੋਟਰਸਾਈਕਲ ਇੱਥੇ ਦੇਖੀਏ ਸਾਰਾ ਸਮਾਨ ਪੂਰਾ। ਸਾਨੂੰ ਇਹਨੇ ਡਰਾ ਤਾ ਸੀ ਬੰਦੇ ਨੇ, ਉਹ ਇੱਧਰ ਖੜਾ, ਇਹ ਬੰਦੇ ਡਰਾ ਤਾ ਸੀ ਕਹਿੰਦਾ ਵੀ ਚੋਰੀ ਵੀ ਹੋ ਸਕਦੀ ਹੈ, ਸਮਾਨ ਤਾਂ ਪੂਰਾ ਸਾਰਾ। ਵੀਰ ਹੁਣੀ ਮਿਲੇ ਕਿਹੜਾ ਪਿੰਡ ਜੀ ਆਪਣਾ ਪੈ ਜਾਂਦਾ? ਅੱਛਾ ਠੀਕ ਹੈ, ਕਦੋਂ ਆਏ ਤੇ? ਤਿੰਨ ਚਾਰ ਦਿਨ, ਵੱਡੀ ਸੇਵਾ ਬਾਈ ਤੁਹਾਡੀ ਬਾਈ, ਸ਼ੁਕਰੀਆ ਵੀਰੇ। ਲਓ ਜੀ ਜਾ ਰਹੇ ਆਪਣੇ ਘਰ ਨੂੰ ਹੁਣ, ਸੰਗਤਾਂ ਦੇ ਦਰਸ਼ਨ ਕਰਕੇ ਦੇਖੋ ਤਾਂ ਅਸੀਂ ਕਿੰਨੇ ਕੁ ਟਾਈਮ ਤੱਕ ਅਸੀਂ ਘਰਾਂ ਪੁੱਜਦੇ ਹਾਂ। ਲਓ ਜੀ ਅਸੀਂ ਇੱਥੇ ਪੀਤਾ ਜਲ ਜੀਰੇ ਦਾ ਲੰਗਰ ਲੱਗਿਆ ਹੋਇਆ ਸੀ, ਬਹੁਤ ਸਵਾਦ ਵੀਰਾਂ ਦਾ। ਕਿਹੜਾ ਪਿੰਡ ਆ ਇਹ? ਕਿਹੜਾ ਪਿੰਡ ਲਿਖਿਆ? ਕਾਬਿਲ ਗੱਲ ਉਹ ਕਿਹੜਾ ਪਿੰਡ ਲਿਖਿਆ ਤੈਨੂੰ? ਤੈਨੂੰ ਲਿਖੀ ਗੱਲ ਵੀ ਕਲਾ, ਗੱਲ ਵੀ ਕਲਾ, ਜਗਰਾਓ ਨਜ਼ਰੇ 'ਚ ਪੈ ਜਾਂਦਾ। ਮੋਟਰਸਾਈਕਲ ਦਾ ਫਾਇਦਾ ਹੋ ਜਾਂਦਾ ਵੀ ਗਲੀਆਂ ਮੜੀਆਂ ਗਲੀ 'ਚ ਲੰਘੀ ਜਾਂਦਾ, ਤੁਰੀ ਜਾਂਦੀ ਥੋੜ੍ਹੀ ਥੋੜ੍ਹੀ। ਬੱਸਾਂ 'ਚ ਅਸੀਂ ਕਿਤੇ ਥਾਰ ਲੈ ਕੇ ਆ ਜਾਂਦਾ, ਮੈਂ ਫਿਰ ਨਾ ਮੁੜਦੇ ਇੱਥੇ ਤੇ ਫਿਰ ਬਹੁਤ ਔਖਾ ਹੋ ਜਾਣਾ। ਤਾਂ ਦਰਸ਼ਨ ਵੀ ਹੋਲੇ ਸਾਰੀ ਸੰਗਤਾਂ ਦੇ, ਨਾਲੇ ਤੁਹਾਨੂੰ ਕਰਾ ਤੇ ਲਓ ਜੀ ਰਸਤੇ 'ਚ ਹੋ ਗਿਆ ਟ੍ਰੈਫਿਕ ਜਾਮ, ਅਸੀਂ ਹੋ ਗਏ 10-15 ਮਿੰਟ ਖੜਿਆ ਨੂੰ ਸਾਨੂੰ, ਅਤੇ ਵੀਰ ਹੁਣੀ ਮਿਲੇ ਨੂਰਪੁਰ ਬੇਤੀਆਂ ਤੋਂ, ਅਤੇ ਵੀਰ ਵਾਲੇ ਪਹੁੰਚੇ ਜੀ ਤੁਸੀਂ ਹਾਲੇ, ਮਗਰ ਸ਼ਾਮ 6-7 ਵੱਜਣਗੇ। ਹਾਂ ਹਾਂ ਓਕੇ ਵੀਰੇ। ਸੰਗਤਾਂ ਨੇ ਧੂੜ ਉਠਾਲ ਕੇ ਰੱਖਤੀ, ਮਾੜੀ ਜਿਹੀ ਟ੍ਰੈਫਿਕ ਖੁੱਲ੍ਹੀ ਅਤੇ ਜਾ ਰਹੇ ਹਾਂ। ਬਈ ਅੱਜ ਨਾ ਪੁੱਛੋ, ਅੱਜ ਤਾਂ ਸੰਗਤ ਵੀ ਇੰਨੀ ਜਿੰਨੀ ਤੁਸੀਂ ਕਹਿ ਦਿੰਦੇ, ਜਿੰਨੀ ਕਹਿਣ ਤੋਂ ਵੀ ਉੱਨੀ, ਉਹ ਤੋਂ ਵੀ ਜ਼ਿਆਦਾ। ਬਸ ਗਏ ਦੇਖ ਲਿਆਉਣਾ ਤੁਸੀਂ ਵੀਡੀਓ ਦੇ ਵਿੱਚ। ਅਤੇ ਜਿੱਦਾਂ ਤੁਸੀਂ ਪਿਛਲੀ ਵੀਡੀਓ ਨੂੰ ਪਿਆਰ ਕੀਤਾ, ਜਿਹੜੇ ਬੰਦੇ ਨੇ ਪਿੱਛੇ ਵੀਡੀਓ ਨੂੰ ਕਮੈਂਟ ਕੀਤਾ ਉਹ ਸਾਰੇ ਬੰਦੇ ਕਮੈਂਟ ਕਰਨ, ਮੈਂ ਜੇ 300 ਕਮੈਂਟ ਆਇਆ ਤਾਂ ਵਿਸਾਖੀ ਦੀ ਵੀਡੀਓ ਐਨ ਘੈਂਟ ਬਣਾਵਾਂਗੇ ਆਪਾਂ ਫਿਰ। ਪਰ ਨਹੀਂ, ਵਿਸਾਖੀ ਵਾਲਾ ਇੱਕ ਤੁਹਾਨੂੰ ਸਰਪ੍ਰਾਈਜ਼ ਦੇਵਾਂਗੇ ਆਪਾਂ, ਉਹ ਇੱਕ ਅਲੱਗ ਲੈਵਲ ਦਾ ਸਰ। ਹਾਂ ਵੀ ਗੁਰੂ ਘਰ, ਉਹ ਪਰਸੋਂ ਤੱਕ ਮੈਂ ਰਿਵੀਲ ਕਰਦਾ, ਪਰ ਮੈਨੂੰ ਇਸ ਵੀਡੀਓ ਦੇ ਉੱਪਰ 350 ਕਮੈਂਟ ਚਾਹੀਦਾ। ਜੇ 350 ਕਮੈਂਟ ਉਹ ਆ ਗਿਆ ਫਿਰ ਮੈਂ ਦੱਸੂੰਗਾ। ਜਿਹੜੇ ਬੰਦੇ ਨਵੇਂ ਆ ਉਹਨਾਂ ਨੇ ਲਾਈਕ ਅਤੇ ਸ਼ੇਅਰ ਕਰਨੀ ਹੈ, ਜਿਹੜੇ ਬੰਦੇ ਪੁਰਾਣੇ ਆ ਉਹ ਪਾਈ ਜੋ ਮਰਜ਼ੀ ਗੱਲ। ਅਤੇ ਧੰਨਵਾਦ ਜੀ ਸ਼੍ਰੀ ਅਨੰਦਪੁਰ ਸਾਹਿਬ, ਹੋਲਾ ਮਹੱਲਾ ਤੁਹਾਨੂੰ ਦਿਖਾਇਆ ਅਤੇ ਅਸੀਂ ਆਪ ਵੀ ਦੇਖਿਆ। ਲਾਈਕ ਸ਼ੇਅਰ, ਧੰਨਵਾਦ ਜੀ ਤੁਹਾਡੇ ਮੇਰੇ ਵੀਡੀਓ ਦੇਖਣ ਵਾਸਤੇ। ਵੀਡੀਓ ਲਾਈਕ ਸ਼ੇਅਰ